ਇਜ਼ਰਾਈਲ ਨਬੀ ਪਾਕ ਦੀ ਬਾਰਗਾਹ ਵਿੱਚ ਆਏ, ਮੇਰੇ ਆਕਾ ਫਰਮਾਇਆ ਤੂੰ ਲੋਕਾਂ ਦੀਆਂ ਰੂਹਾਂ ਕੱਢ ਕੇ ਲੈ ਕੇ ਜਾਣਾ ਹੈ, ਕਦੇ ਕਿਸੇ ਨੂੰ ਪੈਗਾਮ ਭੇਜੀ ਆਈ ਕਿ ਤੇਰੇ ਆਉਣ ਤੋਂ ਪਹਿਲੇ ਲੋਕ ਤਿਆਰੀ ਕਰਕੇ ਰੱਖਣ। ਜਿਹੜਾ ਜਵਾਬ ਦਿੱਤਾ ਨਾ ਇਜ਼ਰਾਈਲ ਨੇ, ਸੁਣ ਕੇ ਦਿਲ ਦੀ ਤਖਤੀ ਤੇ ਲਿਖ ਲੈ। ਕੌਣ ਹੈ ਦੀਵਾਨੀ ਦੇ ਗੱਲਾਂ ਮਾ ਮਲਕੁਲ ਮੌਤ ਨੇ ਅਰਜ਼ ਕੀਤੀ ਕਮਲੀ ਵਾਲਿਆ ਬੜੇ ਪੈਗਾਮ ਭੇਜਣਾ ਵਾ, ਮੇਰੇ ਆਕਾ ਨੇ ਫਰਮਾਇਆ ਬਾਬਾ ਦੀਆਂ ਗੋਦੀਆਂ ਚ ਪੁੱਤਰ ਲੈ ਜਾਣਾ, ਜਵਾਨ ਪੁੱਤਰਾਂ ਕੋਲ ਮਾਵਾਂ ਦਾ ਸਾਇਆ ਲੈ ਜਾਣਾ, ਕਿਸੇ ਜਵਾਨ ਪੁੱਤਰ ਦੇ ਸਿਰ ਤੋਂ ਚਿੱਟੀ ਦਾੜੀ ਵਾਲੇ ਬਾਬੇ ਦਾ ਸਾਇਆ ਲੈ ਜਾਣਾ, ਕਿਸੇ ਵਡੇਰੇ ਪਾਪ ਦਾ ਸਹਾਰਾ ਯੋਧਾ ਪੁੱਤਰ ਲੈ ਜਾਣਾ। ਕਦੇ ਆਉਣ ਤੋਂ ਪਹਿਲੇ ਕਿਸੇ ਨੂੰ ਪੈਗਾਮ ਵੀ ਭੇਜਿਆ ਕਿ ਤੇਰੇ ਆਉਣ ਤੋਂ ਪਹਿਲੇ ਲੋਕ ਮੌਤ ਦੀ ਤਿਆਰੀ ਕਰਕੇ ਰੱਖ ਲੈਣ। ਅਰਜ਼ ਕੀਤੀ ਕਮਲੀ ਵਾਲਿਆ ਆਉਣ ਤੋਂ ਪਹਿਲੇ ਬੰਦਿਆਂ ਨੂੰ ਬੜੇ ਮੈਸੇਜ ਤੇ ਪੈਗਾਮ ਭੇਜਣਾ ਵਾ, ਮੇਰੇ ਆਕਾ ਫਰਮਾਇਆ ਦੱਸ ਤੇਰਾ ਪੈਗਾਮ ਕੀ ਹੈ। ਅਰਜ਼ ਕੀਤੀ ਕਮਲੀ ਵਾਲਿਆ ਜਦੋਂ ਬੰਦਾ ਬਿਮਾਰ ਹੋ ਜਾਏ ਬਿਮਾਰੀ ਮੌਤ ਦਾ ਪੈਗਾਮ ਲੈ ਕੇ ਆਈ ਹੈ, ਬਿਮਾਰੀ ਆ ਕੇ ਬੰਦੇ ਨੂੰ ਦੱਸਦੀ ਹੈ ਬੰਦਿਆ ਤਿਆਰੀ ਕਰ ਲੈ, ਜਿੱਥੇ ਬਿਮਾਰੀ ਆ ਗਈ ਆ ਇੱਥੇ ਮੌਤ ਵੀ ਆ ਜਾਏਗੀ। ਅਰਜ਼ ਕੀਤੀ ਕਮਲੀ ਵਾਲਿਆ ਜਿਹਦੀ ਦਾੜੀ ਦੇ ਵਾਲ ਚਿੱਟੇ ਹੋ ਜਾਣ, ਇਹ ਚਿੱਟੇ ਵਾਲ ਵੀ ਮੌਤ ਦਾ ਸੁਨੇਹਾ ਲੈ ਕੇ ਆਏ, ਆ ਕੇ ਦੱਸਦੇ ਨੇ ਬੰਦਿਆ ਤਿਆਰੀ ਕਰ ਲੈ ਜਿੱਥੇ ਬੋੜਾ ਪਾਇਆ ਗਈ ਮੌਤ ਵੀ ਆ ਜਾਏਗੀ। ਅਰਜ਼ ਕੀਤੀ ਕਮਲੀ ਵਾਲਿਆ ਜਿਹਦੀਆਂ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਜਾਏ, ਇਹ ਵੀ ਮੇਰਾ ਮੌਤ ਦਾ ਸੁਨੇਹਾ ਲੈ ਕੇ ਆਉਂਦੀ ਹੈ, ਇਹ ਆ ਕੇ ਦੱਸਦੀ ਹੈ ਬੰਦਿਆ ਤਿਆਰੀ ਕਰ ਲੈ, ਅੱਖਾਂ ਦੀ ਨਜ਼ਰ ਚਲੀ ਗਈ ਆ ਤੂੰ ਵੀ ਚਲਿਆ ਜਾਣਾ, ਸੋਹਣਿਆ ਜਿਹਦੇ ਕੰਨਾਂ ਦੀ ਸਮਾਧ ਚਲੀ ਜੇ ਮੇਰਾ ਮੌਤ ਦਾ ਸੁਨੇਹਾ ਲੈ ਕੇ ਆਈ ਹੈ, ਆਦੀ ਇਹ ਬੰਦਿਆ ਤੂੰ ਤਿਆਰੀ ਕਰ ਲੈ ਜਿੱਥੇ ਕੰਨਾਂ ਦੀ ਸਮਾਧ ਗਈ ਹੈ ਤੂੰ ਵੀ ਚਲਿਆ ਜਾਣਾ। ਕਮਲੀ ਵਾਲਿਆ ਕਦੇ ਬਿਮਾਰੀ ਆ ਰਹੀ ਕਦੇ ਬੋੜਾ ਪਾਇਆ ਰਿਹਾ, ਕਦੇ ਅੱਖਾਂ ਦੀ ਨਜ਼ਰ ਜਾ ਰਹੀ ਕਦੇ ਕੰਨਾਂ ਦੀ ਸਮਾਧ ਜਾ ਰਹੀ, ਫੇਰ ਵੀ ਬੰਦਾ ਮੌਤ ਦੀ ਤਿਆਰੀ ਨਾ ਕਰੇ। ਅਰਜ਼ ਕੀਤੀ ਕਮਲੀ ਵਾਲਿਆ ਫਿਰ ਮੈਂ ਰੂਹ ਕਬਜ਼ ਕਰਨੇ ਆਉਣਾ, ਜਿਹਦੀ ਮਾਂ ਦੀ ਰੂਹ ਨਿਕਲਦੀ ਏ ਉਹਦੀ ਔਲਾਦ ਰੋਂਦੀ, ਸੋਹਣਿਆ ਜਿਹਦੇ ਬਾਬੇ ਦੀ ਰੂਹ ਨਿਕਲਦੀ ਉਹਦੀ ਔਲਾਦ ਰੋਂਦੀ ਏ, ਜਿਹਦੇ ਭਰਾ ਦੀ ਰੂਹ ਨਿਕਲ ਜੇ ਪੈਣਾ ਤੇ ਭਰਾ ਰੋਂਦੇ ਨੇ। ਕਮਲੀ ਵਾਲਿਆ ਜਦੋਂ ਮੈਂ ਰੂਹ ਕੱਢਣਾ ਲੈ ਕੇ ਦਰਵਾਜ਼ੇ ਦੀ ਚੌਕੜ ਚ ਖਲੋ ਜਾਣਾ, ਸਾਰਿਆਂ ਦਾ ਰੋਣਾ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ, ਤੇ ਮੈਂ ਕਹਿਣਾ ਰੋਣ ਵਾਲਿਓ ਹੁਣ ਕਿਉਂ ਰੋਂਦੇ ਹੋ, ਮੈਂ ਕਿਹੜਾ ਆਖਰੀ ਵਾਰ ਆਇਆ ਮੈਂ ਤੇ ਬਾਰ ਬਾਰ ਆਵਾਂਗਾ, ਉਦੋਂ ਤੱਕ ਆਵਾਂਗਾ ਹੱਤਾ ਕਿ ਕੋਈ ਵੀ ਬਾਕੀ ਨਹੀਂ ਰਵੇਗਾ। ਇੱਥੇ ਉਹ ਗੱਲ ਜਿਹੜੀ ਮਲਕੁਲ ਮੌਤ ਮੇਰੇ ਨਬੀ ਦੇ ਨਾਲ ਕੀਤੀ, ਅਗਰ ਮੈਂ ਦੁਨੀਆਦਾਰੀ ਦੀ ਗੱਲ ਸੁਣਾ ਵਾ, ਜਦੋਂ ਰੂਹ ਨਿਕਲਦੀ ਏ ਫੋਨ ਕੀਤਾ ਜਾ ਰਿਹਾ ਫਲਾਣਾ ਬੰਦਾ ਫੌਤ ਹੋ ਗਿਆ, ਉਹਦੇ ਚਾਚੇ ਵੀ ਆ ਰਹੇ ਮਾਮੇ ਵੀ ਆ ਰਹੇ ਪੁੱਠੀਆਂ ਤਾਈਆਂ ਵੀ ਆ ਰਹੀਆਂ, ਯਾਰ ਬੇਦੀ ਮੁਹੱਲਾਦਾਰ ਵੀ ਆ ਰਹੇ, ਜਿਹੜਾ ਬੰਦਾ ਵੀ ਆਉਂਦਾ ਆ ਕੇ ਕਹਿੰਦਾ ਦੱਸੋ ਜਨਾਜ਼ੇ ਦਾ ਵੇਲਾ ਕੀ ਰੱਖਿਆ ਜੇ, ਇਹ ਕੋਈ ਵੀ ਨਹੀਂ ਕਹਿ ਰਿਹਾ ਮਰਨ ਵਾਲੇ ਨੂੰ ਰੱਖ ਲਿਆ ਜੇ,
ਹਰ ਬੰਦਾ ਆ ਕੇ ਜਨਾਜ਼ੇ ਦਾ ਵੇਲਾ ਪੁੱਛਦਾ ਏ। ਚਾਰ ਪਾਈ ਮੋਢਿਆਂ ਤੇ ਚੁੱਕ ਕੇ ਕਬਰਾਂ ਵੱਲ ਜਾਇਆ ਜਾ ਰਿਹਾ। ਮਾਂ ਰੋਂਦੀ ਰਹਿ ਗਈ, ਮਰ ਕੇ ਕਬਰ ਚ ਨਾਲ ਨਹੀਂ ਆਈ। ਬਾਪ ਰੋਂਦਾ ਰਹਿ ਗਿਆ, ਮਰ ਕੇ ਕਬਰ ਚ ਨਾਲ ਨਹੀਂ ਆਇਆ। ਭੈਣਾਂ ਰੋਂਦੀਆਂ ਰਹਿ ਗਈਆਂ, ਮਰ ਕੇ ਕਬਰ ਚ ਨਾਲ ਨਹੀਂ ਆਈਆਂ। ਭਰਾ ਰੋਂਦੇ ਰਹਿ ਗਏ, ਮਰ ਕੇ ਕਬਰ ਚ ਨਾਲ ਨਹੀਂ ਆਏ। ਜਿਨ੍ਹਾਂ ਯਾਰਾਂ ਦੇ ਹੱਥਾਂ ਚ ਹੱਥ ਦੇ ਕੇ ਇਕੱਠੇ ਜੀਣ ਤੇ ਮਰਨ ਦੇ ਵਾਅਦੇ ਕਰਦੇ ਰਹੇ, ਉਹ ਤੇਰੇ ਯਾਰ ਵੀ ਰੋਂਦੇ ਰਹੇ, ਮਰ ਕੇ ਨਾਲ ਨਹੀਂ ਆਏ। ਜਿਹੜਾ ਬੜਾ ਚੰਗਾ ਯਾਰ ਹੋਵੇਗਾ, ਦੋ ਬੁੱਕਾਂ ਮਿੱਟੀ ਜ਼ਿਆਦਾ ਪਾ ਕੇ ਵਾਪਿਸ ਆ ਜਾਏਗਾ। ਕਿਸੇ ਵੀ ਤੇਰੀ ਕਬਰ ਚ ਨਾਲ ਨਹੀਂ ਜਾਣਾ। ਯਾਰੀ ਆਮੀਨਾ ਦੇ ਲਾਲ ਦੇ ਨਾਲ ਲਾ ਲੈ, ਜਦੋਂ ਸਾਰੇ ਮਨਾ ਮਨ ਮੱਟੀ ਥੱਲੇ ਛੱਡ ਕੇ ਵਾਪਿਸ ਆਣਗੇ, ਉੱਥੇ ਮਦੀਨੇ ਵਾਲਾ ਆ ਜਾਏ। ਇਸੇ ਬਾਤ ਤੇ ਮੈਂ ਤੇ ਗਲੀ ਗਲੀ ਪੈਗਾਮ ਦਿੱਤਾ, ਜਦੋਂ ਕੱਲਿਆ ਦਿਲ ਘਬਰਾਵੇਗਾ, ਉੱਥੇ ਕਮਲੀ ਵਾਲਾ ਆਵੇਗਾ। ਜਿੱਥੇ ਤੇਰੀ ਮਾਂ ਨਹੀਂ ਆਈ ਪੈਣਾ ਭਲਾ, ਯਾਰ ਬੇਲੀ ਵੀ ਨਹੀਂ ਆਏ, ਜਿੱਥੇ ਸਾਰੇ ਕੱਲਾ ਛੱਡ ਕੇ ਆ ਗਏ, ਤੇਰੀ ਕਬਰ ਦੇ ਅੰਦਰ ਕੋਈ ਨਾਲ ਨਹੀਂ ਆਇਆ। ਜਿੱਥੇ ਕੋਈ ਵੀ ਨਹੀਂ ਆਇਆ, ਫਿਰ ਉੱਥੇ ਕਮਲੀ ਵਾਲਾ ਆਵੇਗਾ, ਉੱਥੇ ਕਮਲੀ ਹੇਠ ਛੁਪਾਵੇਗਾ। ਪੜੀਏ ਲਾ ਇਲਾਹਾ, ਇਹ ਨਹੀਂ ਯਾਰ ਸਾਰੇ ਮੇਰੇ ਨਾਲ ਪੜੋ, ਲਾ ਇਲਾਹਾ ਇਲਾ ਹੱਕ ਲਾ ਇਲਾ ਲੱਲਾ। ਤੈਨੂੰ ਦੁਨੀਆਦਾਰੀ ਦਾ ਬੜਾ ਮਾਣ ਹੈ, ਜਦੋਂ ਰੂਹ ਨਿਕਲਣੀ ਆ ਇਹਨਾਂ ਜਿਸਮ ਦੇ ਕੱਪੜੇ ਵੀ ਲਾ ਲੈਣੇ, ਇਹਨਾਂ ਤੇਰੇ ਹੱਥਾਂ 'ਚ ਪਾਈਆਂ ਕੜੀਆਂ ਵੀ ਲਾ ਲੈਣੀਆਂ, ਇਹਨਾਂ ਤੇਰੇ ਹੱਥਾਂ 'ਚ ਪਾਈਆਂ ਮੁੰਦਰੀਆਂ ਵੀ ਲਾ ਲੈਣੀਆਂ। ਚਿੱਟਾ ਜੋੜਾ ਪਾ ਕੇ ਕਬਰਾਂ ਵੱਲ ਭੇਜਣਾ ਏ, ਤੈਨੂੰ ਕੱਲਿਆਂ ਘਰ ਤੋਂ ਕੱਢਣਗੇ, ਤੇ ਜਾ ਜੰਗਲ ਦੇ ਵਿੱਚ ਛੱਡਣਗੇ, ਉਹ ਤੈਨੂੰ ਕੱਲਿਆਂ ਘਰ ਤੋਂ ਕੱਢਣਗੇ, ਜਾ ਜੰਗਲ ਦੇ ਵਿੱਚ ਛੱਡਣਗੇ, ਉਹ ਤੈਨੂੰ ਹੇਠ ਬਿੰਦੀ ਦੇ ਕੱਟਣਗੇ। ਪੜ ਲੈ ਲਾ ਹੱਕ ਲਾ ਇਲਾਹਾ ਇਲਾ। ਮੁਸਲਮਾਨਾਂ ਜਿਨ੍ਹਾਂ ਦੇ ਪਿਆਰੇ ਚਲੇ ਗਏ ਵਿਹੜੇ ਵਿਰਾਣੇ ਹੋ ਗਏ, ਈਦ ਆ ਰਹੀ ਹੈ,
ਉਹਨਾਂ ਦੁਖੀ ਧੀਆਂ ਨੂੰ ਪੁੱਛਿਆ ਜੇ ਜਿਨ੍ਹਾਂ ਦੀਆਂ ਮਾਵਾਂ ਮਰ ਗਈਆਂ, ਉਹਨਾਂ ਪੁੱਤਰਾਂ ਨੂੰ ਪੁੱਛਿਆ ਜੇ ਜਿਨ੍ਹਾਂ ਦੇ ਬਾਪ ਦੁਨੀਆਂ ਤੋਂ ਚਲੇ ਗਏ, ਜਾ ਕੇ ਪੁੱਛਿਆ ਜੇ ਯਾਰਾ ਮਾਂ ਮਰ ਗਈ ਆ, ਦੱਸ ਈਦ ਕਿਵੇਂ ਦੀ ਗੁਜ਼ਰੀ ਆ, ਤੇਰਾ ਬਾਪ ਮਰ ਗਿਆ ਦੱਸ ਈਦ ਕਿਵੇਂ ਦੀ ਗੁਜ਼ਰੀ ਆ, ਉਹ ਰੋ ਕੇ ਕਹਿਣਗੇ ਯਾਰਾ ਤੈਨੂੰ ਕੀ ਦੱਸੀਏ ਸਾਰੀ ਰਾਤ ਰੋ ਕੇ ਗੁਜ਼ਾਰੀ ਆ, ਰੋ ਰੋ ਕੇ ਕੋਈ ਆਵਾਜ਼ਾਂ ਮਾਰੀਆਂ ਨੇ ਆਵੇ ਲੈ ਸ਼ਾਮਾਂ ਪੈ ਗਈਆਂ, ਤੁਸੀਂ ਤੁਰ ਆਵੇ ਲੋ ਸ਼ਾਮਾਂ ਪੈ ਗਈਆਂ, ਇਹ ਤੁਸੀਂ ਤੁਰ ਗਏ ਹੋ ਯਾਦਾਂ ਰਹਿ ਗਈਆਂ, ਉਹ ਡਾਟੀਆਂ ਤਕਦੀਰਾਂ ਲੈ ਗਈਆਂ, ਪੜੀਏ ਲਾ ਲਾ ਦੀ ਗੱਲ ਮੁਕਾਵਾਂ ਤੇ ਦੁਆ ਕਰੀਏ ਮੌਲਵੀਆ ਕਰ ਦਿਨੋਂ ਆਖਰੀ ਪੈਗਾਮ ਦੇ ਰਿਹਾ, ਇਹ ਵੇਲਾ ਸਭ ਤੇ ਆਣਾ ਏ, ਹਾਫਜ਼ ਮੌਤ ਨੇ ਫੇਰਾ ਪਾਣਾ ਏ, ਇਹ ਵੇਲਾ ਸਭ ਤੇ ਆਣਾ ਏ, ਹਾਫਜ਼ ਮੌਤ ਨੇ ਫੇਰਾ ਪਾਣਾ ਏ, ਉਹ ਜਿਹੜਾ ਚੜਿਆ ਦਿਨ ਡੁੱਬ ਜਾਣਾ ਏ, ਪੜੀਏ ਲਾ ਇਲਾਹ ਇਲਾਹੁ ਮੁਹੰਮਦੁਰ ਰਸੂਲੁਲਲਾਹ ਅੱਲਾਹ ਗਨੀ ਤਵਜੋ ਹੈ। ਚਲੋ ਜੀ ਸੁਭਾਨ ਅੱਲਾਹ ਫਰਮਾਓ ਜੀ, ਮੈਂ ਇੱਕ ਹਦੀਸੇ ਪਾਕ ਸੁਣਾ ਕੇ ਫਿਰ ਗੱਲ ਮੁਕਾ ਦਿਆਂ, ਚੁੱਕੇ ਵਕਤ ਕਾਫੀ ਖਾਸਾ ਹੋ ਗਿਆ, 3:30 ਤੇ ਹੋ ਗਏ, ਤੋ ਮੈਂ ਨਹੀਂ ਚਾਹੁੰਦਾ ਇਤਨਾ ਜ਼ਿਆਦਾ ਗੁਫਤਗੂ ਕੀਤੀ ਜਾਏ, ਕਿਉਂਕਿ ਖਤਮ ਸ਼ੀਫ ਦਾ ਪ੍ਰੋਗਰਾਮ ਬਿਲਕੁਲ ਮੁਖਤਸਰ ਹੁੰਦਾ ਹੈ, ਮਹਿਮਾਨਾਂ ਵਾਪਸ ਵੀ ਜਾਣਾ ਹੁੰਦਾ ਹੈ। ਅਦੀਦਾ ਨਿਗਰਾਮੀ ਕਦਰ ਵਕਤ ਮੌਤ ਦਾ ਸਾਰਿਆਂ 'ਤੇ ਆਵੇਗਾ, ਅਤੇ ਦੁਆ ਕਰੋ ਇਨਸ਼ਾਅੱਲਾ ਕਿਸੇ ਦੀ ਮਾਂ ਨਾ ਮਰੇ, ਇਨਸ਼ਾਅੱਲਾ ਕਿਸੇ ਦਾ ਬਾਪ ਨਾ ਮਰੇ। ਇਹ ਜਦੋਂ ਇਨਸਾਨ ਦੀ ਹਯਾਤੀ ਚੋਂ ਦੋ ਸਾਏ ਉੱਠ ਜਾਣ ਤੇ ਹਯਾਤੀ ਵੀਰਾਨ ਹੋ ਜਾਂਦੀ ਹੈ। ਬਾਪ ਦਾ ਮੁਕਾਮ ਕੀ ਹੈ, ਬਾਪ ਦੀ ਅਜ਼ਮਤ ਕੀ ਹੈ, ਤਵਜੋ ਫਰਮਾ, ਮੈਂ ਇੱਕ ਹੀ ਹਦੀਸੇ ਪਾਕ ਸੁਣਾਵਾਂ ਤੇ ਗੱਲ ਮੁਕਾ ਲਈਏ। ਬਾਪ ਨੂੰ ਅੱਲਾਹ ਕਰੀਮ ਨੇ ਬੜੇ ਮੁਕਾਮ ਅਤਾ ਫਰਮਾਏ, ਪਰ ਸਾਡਾ ਮੁਆਸ਼ਰਾ ਬਰਬਾਦ ਹੋ ਗਿਆ ਕਿ ਪੁੱਤਰ ਮਾਂ ਦੇ ਆਖੇ ਲੱਗਦਾ ਪਰ ਚਿੱਟੀ ਦਾੜੀ ਵਾਲੇ ਬਾਪ ਦੀ ਕਦਰ ਨਹੀਂ ਕਰਦਾ। ਨਬੀ ਪਾਕ ਸੱਲਮ ਨੇ ਮਾਂ ਦੀ ਅਜ਼ਮਤ ਨੂੰ ਬਿਆਨ ਵੀ ਫਰਮਾਇਆ ਤੇ ਮੇਰੇ ਨਬੀ ਨੇ ਚਿੱਟੀ ਦਾੜੀ ਵਾਲੇ ਬਾਪ ਦੀ ਅਜ਼ਮਤ ਵੀ ਬਿਆਨ ਫਰਮਾਈ ਹੈ। ਇਹ ਹੱਜ ਦਾ ਮੌਸਮ ਹੈ, ਹਜਾਜੇ ਕਿਰਾਮ ਹੱਜ ਤੇ ਜਾ ਰਹੇ ਤੇ ਹੱਜ ਹੋ ਗਿਆ 25 ਲੱਖ ਦਾ, 30 ਲੱਖ ਦਾ, ਜੇ ਜ਼ਿਆਦਾ ਬਿਲਕੁਲ ਕਰੀਬ ਰਿਹਾਇਸ਼ ਲੈ ਜਾਓ ਤੇ 40 ਲੱਖ ਦਾ, ਇਤਨਾ ਮਹਿੰਗਾ ਹੱਜ ਹੋ ਗਿਆ। ਤੇ ਹਾਜੀ ਉੱਥੇ ਜਾ ਕੇ ਪਤਾ ਕੀ ਕਰਦਾ, ਕੋਈ ਸਫਾ ਮਰਵਾ ਦੇ ਚੱਕਰ ਲਾਉਂਦਾ, ਕਹਿੰਦਾ ਯਾ ਅੱਲਾ ਰਾਜ਼ੀ ਹੋ ਜਾ, ਕੋਈ ਹਤੀਮੇ ਕਾਬਾ ਚ ਰੋਂਦਾ, ਕਹਿੰਦਾ ਯਾ ਅੱਲਾ ਰਾਜ਼ੀ ਹੋ ਜਾ, ਕੋਈ ਮਿਨਾ ਤੇ ਜਾ ਕੇ ਰੋਂਦਾ, ਯਾ ਅੱਲਾ ਰਾਜ਼ੀ ਹੋ ਜਾ, ਕੋਈ ਮੁਜ਼ਦਲਫਾ ਚ ਰੋਂਦਾ, ਯਾ ਅੱਲਾ ਰਾਜ਼ੀ ਹੋ ਜਾ। ਇਹ 30 ਲੱਖ ਰੁਪਈਆ ਲਾ ਕੇ ਨਾ ਹਾਜੀ ਲੈਣ ਕੀ ਗਿਆ ਕਿ ਅੱਲਾ ਮੇਰੇ ਤੇ ਰਾਜ਼ੀ ਹੋ ਜਾਏ, ਅੱਲਾ ਮੇਰੇ ਤੇ ਰਾਜ਼ੀ, ਉਹ ਬੋਲੋ ਤੁਸੀਂ, ਅੱਲਾ ਮੇਰੇ ਤੇ ਰਾਜ਼ੀ ਹੋ ਜਾਏ, ਅੱਲਾ ਦੀ ਰਜ਼ਾ ਹਾਸਲ ਕਰਨ ਵਾਸਤੇ ਗਿਆ।
ਸੋਹਣਿਆਂ ਦੇ ਵਾਲੀ ਦੇ ਵੱਲਾ ਮੋਤੀ ਲੱਗਦਾ ਹਾਜੀ ਹੱਜ ਕਰਕੇ ਆ ਰਹੇ ਸਫਾ ਮਰਮਾ ਤੇ ਦੁਆਵਾਂ ਕਰਦਾ ਰਿਹਾ ਯਾ ਅੱਲਾ ਰਾਦੀ ਹੋ ਜਾ ਫਤੀਮੇ ਕਾਬਾ ਚ ਰੋਂਦਾ ਰਿਹਾ ਯਾ ਅੱਲਾ ਰਾਦੀ ਹੋ ਜਾ ਮਿਨਾ ਤੇ ਰੋਂਦਾ ਰਿਹਾ ਯਾ ਅੱਲਾ ਰਾਦੀ ਹੋ ਜਾ ਜਦੋਂ ਹਾਜੀ ਹੱਜ ਕਰਕੇ ਵਾਪਿਸ ਆ ਜੇ ਏਅਰਪੋਰਟ ਤੇ ਲੈਣ ਜਾਇਆ ਦੇ ਤੇ ਜਾ ਕੇ ਸੀਨੇ ਲਾ ਕੇ ਆ ਕੇ ਅਜੇ ਹਾਜੀ ਸਾਹਿਬ ਮੁਬਾਰਕ ਹੋਵੇ 3 ਲੱਖ ਰੁਪਈਆ ਲਾ ਕੇ ਲਿਆਓ ਗਰੰਟੀ ਕਾਰਡ ਵੀ ਵਿਖਾ ਦਿਓ ਕਿ ਰੱਬ ਰਾਜ਼ੀ ਹੋਇਆ ਕਿ ਨਹੀਂ ਹੋਇਆ ਹਾਜੀ ਸੋਚੀ ਪੈ ਜਾਏਗਾ ਮੇਰੇ ਕੋਲ ਤੇ ਗਰੰਟੀ ਕਾਰਡ ਹੀ ਕੋਈ ਨਹੀਂ ਅੱਲਾ ਰਾਜ਼ੀ ਹੋਇਆ ਕਿ ਨਹੀਂ ਹੋਇਆ ਆ ਮੈਂ ਤੈਨੂੰ ਇੱਕ ਗਰੰਟੀ ਕਾਰਡ ਦੇਵਾਂ ਜਿਹੜਾ ਮਦੀਨੇ ਦੇ ਤਾਜਦਾਰ ਨੇ ਅਤਾ ਕੀਤਾ ਮੇਰੇ ਤੇ ਤੇਰੇ ਆਕਾ ਨੇ ਫਰਮਾਇਆ ਸੁਬਾ ਉੱਠ ਕੇ ਚਿੱਟੀ ਦਾੜੀ ਵਾਲੇ ਪਾਪ ਦਾ ਚਿਹਰਾ ਵੇਖ ਲੈ ਜੇ ਤੇਰਾ ਅੱਬਾ ਰਾਜ਼ੀ ਏ ਸਮਝੀ ਅੱਲਾ ਵੀ ਰਾਜ਼ੀ ਸਮਝੀ ਅੱਲਾ ਵੀ ਮਾਂ ਰਾਜ਼ੀ ਤੇ ਰੱਬ ਰਾਜ਼ੀ ਬਾਪ ਰਾਜ਼ੀ ਤੇ ਰੱਬ ਰਾਜ਼ੀ ਪਰ ਸਾਹਿਬਾ ਇੱਥੇ ਤੇ ਬੇੜਾ ਹੀ ਗਰਕ ਗਿਆ 10 ਪੁੱਤਰ ਸਨ ਤੇ ਕੱਲਾ ਪਿਓ ਮਿਹਨਤ ਕਮਾਈ ਕਰਕੇ 10 ਪੁੱਤਰਾਂ ਨੂੰ ਪਾਲਦਾ ਰਿਹਾ ਅੱਜ ਪਿਓ ਦੀ ਦਾੜੀ ਚਿੱਟੀ ਹੋ ਗਈ ਤੇ 10 ਪੁੱਤਰਾਂ ਕੋਲੋਂ 1 ਪਿਓ ਨਹੀਂ ਸਾਂਭਿਆ ਜਾਂਦਾ ਸਾਰੇ ਬਹਿ ਕੇ ਪਰੇ ਪੰਚਾਇਤ ਲਾਈਏ 10 ਬਈ ਆਪਾਂ ਤੂੰ ਰੱਖਣਾ ਕਿ ਮੈਂ ਰੱਖਣਾ ਉਹ ਮੈਂ ਕਿਹਾ ਡੁੱਬ ਕੇ ਮਰ ਜਾਓ ਤੁਸੀਂ 100 ਕੱਲਾ ਪਿਓ ਪਾਲਦਾ ਰਿਹਾ ਅਰ 10 ਕੋਲੋਂ 1 ਬਾਪ ਨਹੀਂ ਸਾਂਭਿਆ ਜਾਂਦਾ ਇੱਥੇ ਜਿੱਦਣ ਬਾਪ ਦੀ ਮੰਜੀ ਮੋਢਿਆਂ ਤੇ ਚੁੱਕੇਗਾ ਲੱਗ ਪਤਾ ਜਾਏਗਾ ਖੜੀ ਦਾ ਤਾਨਦਾਨ ਕਹਿੰਦਾ ਬਾਗਾਂ ਦੇ ਵਿੱਚ ਇੱਕ ਹਰੀਅਨ ਤੋਤਾ ਇੱਥੇ ਫਿਰਦਾ ਹੀ ਟਾਲੀ ਟਾਲੀ ਜਿੰਨਾ ਬਾਗਾਂ ਦੇ ਮਰ ਜਾਣ ਮਾਲੀ ਤੇ ਫਿਰ ਅੱਲਾ ਉਹਨਾਂ ਬੁੱਲ ਬੁੱਲ ਬਾਗ ਦੇ ਅੰਦਰ ਯਾਰਾ ਇੱਕ ਅਲ ਮਰਈਏ ਬਣਾਉਂਦੀ ਅਜੇ ਨੀ ਚੜਿਆ ਕੋੜ ਮੁਹੰਮਦ ਇੱਥੇ ਉੱਡ ਗਈਏ ਕੁਰਲਾਂਦੀ ਮਾਂ ਮਰੇ ਤੁਰਜੇ ਬਾਪ ਮੁਹੰਮਦ ਬਖਸ਼ਾ ਇੱਥੇ ਕੌਣ ਕਰ ਦਈ ਦੇ ਜ਼ਿੰਦਗੀ ਨਹੀਂ ਸਾਹਿਬਾ ਮੌਤ ਆਉਣ ਤੋਂ ਪਹਿਲੇ ਮੌਤ ਦੀ ਤਿਆਰੀ ਕਰਕੇ ਰੱਖੋ।